आ जोड़ ने मेरे जमा नंगे पए ने गे इत्थे जवाक सारा दिन खेडदे रहंदे आ गे पशु भी नाल पशु भी नाल हला जांदे कई बार लाइट पशु ला जांदे ने होर देखो तुसीं इत्थों भी बहुत बार हुंदी है जी लाइट। अजीत पंजाबी दी ऑथेंटिक खबरां दे लई सबसक्राइब करो अजीत वैब टीवी अते ताज़ी खबरां दी नोटिफिकेशन पाउण दे लई बैल आइकन ते क्लिक करो। सत श्री अकाल जी, तुसीं देख रहे हो अजीत टीवी ते मैं नहर सिंह सिद्धू। जे दिखा गए तां बिजली बोर्ड दी वड्डियां अणगहिलियां तुहानूं दिखाउण लगे हांगे, जिस कारण हुण वी वड्डा हादसा होण टलिया अते इक व्यक्ति नूं दस्या जा रहा वी करंट वी लग गया सीगा। पर जे दिखा गए तुहानूं इह जिहड़े व्यक्ति हैगे इह प्राइवेट ठेकेदार दे व्यक्ति हैगे ते इन्हां नूं कोई सेफ्टी बैल्ट कोई बूट जां दस्ताने नहीं दित्ते गए। तुसीं देख रहे होंगे भी इह ट्रांसफार्मर ते खड़ा किते वी कोई हादसा वापर सकदा गा। पहलां वी दस्या जा रहा वी शायद इत्थे इक व्यक्ति नूं करंट लग्गिया गा कुछ समा पहले ही उस इस ट्रांसफार्म ते अते इस ते वड्डा पड़ाका पै चुका है, जिस इत्थे जिहड़ी फैक्टरी दा उत्थे वी वड्डा नुकसान हुंदा हुंदा बच गया क्योंकि भारी भयानक अग लग गई सीगी ते महल्ला वासियां वल्लों उस अग नूं जिहड़ा मिट्टी पा के अते फायर ब्रिगेड दी गड्डी वल्लों पानी नाल इत्थों काबू पाया गया गा। जे महल्ला निवासी इत्थे कोशिश ना करदे तां बहुत वड्डा हादसा हो सकदा सी। पर जे सुनू दिखा दईए तां इत्थे जिहड़ियां तारां भी जोड़ियां जा रहियां, कोई सिंबला नहीं इन्हां कोले, बिना थिंबल तो यह तारां जोड़ियां जा रहियां ते कुंडियां पाईयां जा रहियां क्योंकि पहलां भी इत्थे पटाके पै चुके हैगे। जदों जेई नाल गल्लबात कीती गई तां उन्हां ने कहा कि जिहड़ी सेफ्टी बैल्ट आ उह गड्डी 'च रहेगी, इस करके मैं काली नाल इह काम कर लग्गिया ते पर जे तुहानूं दिखा दईए ते गड्डी हुण भी आ खड़ी हैगी पर हुण भी इन्हां कोले ना कोई सेफ्टी बैल्ट है ना बूट है अते ना दस्ताने हैगे। ਗੱਡੀ ਆ ਖੜੀ ਆ ਤੁਸੀਂ ਦੇਖ ਰਹੇ ਹੋਗੇ, ਜੇ ਕਹਿੰਦੇ ਸੀ ਵੀ ਗੱਡੀ 'ਚ ਰਹਿ ਗਈ ਤਾਂ ਹੁਣ ਇਹ ਗੱਡੀ 'ਚੋਂ ਕਿਉਂ ਨਹੀਂ ਕੱਢੇ ਜਾ ਰਹੇ ਗਏ, ਕਿੱਥੇ ਇਹਨਾਂ ਦੀ ਗੱਡੀ 'ਚੋਂ ਦਸਤਾਨੇ ਹੈ, ਕਿੱਥੇ ਬੂਟ ਹੈ? ਅਤੇ ਜੇ ਤੁਹਾਨੂੰ ਦਿਖਾ ਦਈਏ ਤਾਂ ਇਹਨਾਂ ਕੋਲ ਜਿਹੜਾ ਸਾਰਾ ਸਮਾਨ ਹੈ ਜਿਹੜਾ ਲੋਹੇ ਦਾ ਹੈਗਾ ਅਤੇ ਕਿਤੇ ਵੀ ਕੋਈ ਹਾਦਸਾ ਹੋ ਜਾਂਦਾ ਨਾ ਤਾਂ ਪੈਰਾਂ 'ਚ ਉਹ ਜਿਹੜੇ ਕਿ ਸੇਫਟੀ ਵਾਸਤੇ ਬੂਟ ਹੁੰਦੇ ਆ ਉਹ ਹੈਗੇ ਅਤੇ ਨਾ ਦਸਤਾਨੇ ਪਾਏ ਗਏ ਗੇ ਅਤੇ ਨਾ ਹੀ ਕੋਈ ਸੇਫਟੀ ਬੈਲਟ ਲਾਈ ਗਈ ਹੈਗੀ ਕਿ ਟਰਾਂਸਫਾਰਮਰ ਦੇ ਉੱਤੇ ਕੰਮ ਕਰ ਰਹੇ ਗੇ। ਜੇਈ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਅਤੇ ਆਹ ਤੁਸੀਂ ਦੇਖ ਰਹੇ ਹੋਗੇ ਕਿ ਦਸਤਾਨੇ ਹੁਣ ਲਿਆ ਕੇ ਆਹ ਟੰਗੇ ਗਏ ਹੈਗੇ ਪਰ ਜਿਹੜੇ ਉੱਤੇ ਹੈਗੇ ਜਾਂ ਇੱਧਰ ਕੰਮ ਹੋ ਰਿਹਾ ਹੈਗਾ ਇਹ ਸਾਰਾ ਬਿਨਾਂ ਦਸਤਾਨਿਆਂ ਤੋਂ ਹੋ ਰਿਹਾ ਹੈਗਾ। ਤੁਸੀਂ ਦੇਖ ਰਹੇ ਹੋਗੇ ਟਰਾਂਸਫਾਰਮ ਦੇ ਉੱਤੇ ਵੀਰ ਖੜਾ ਹੈਗਾ ਪਰ ਇਹਨਾਂ ਵੱਲੋਂ ਫਿਰ ਵੀ ਸੇਫਟੀ ਤਿਆਰੀ ਕਿਉਂਕਿ ਨਾ ਤਾਂ ਇਹਨਾਂ ਨੂੰ ਬੂਟ ਹੈਗੇ ਅਤੇ ਨਾ ਇਹਨਾਂ ਨੇ ਬੈਲਟ ਲਾਈ ਹੈਗੀ ਅਤੇ ਨਾ ਹੀ ਇਹ ਦਸਤਾਨੇ ਪਾਏ ਹੈਗੇ। ਦਸਤਾਨਿਆਂ ਦਾ ਹੁਣ ਇੱਕ ਜੋੜਾ ਲਿਆ ਕੇ ਵੀ ਰੱਖਿਆ ਗਿਆ ਪਰ ਇਹ ਦਸਤਾਨੇ ਨਹੀਂ ਪਾਏ ਜਾ ਰਹੇ। ਇਹ ਇਹਨਾਂ ਨੂੰ ਪਤਾ ਹੋਊਗਾ ਕੀ ਕਾਰਨ ਹੈਗਾ ਪਰ ਜਿਹੜਾ ਇਹ ਕਹਿੰਦੇ ਸੀਗੇ ਵੀ ਇਸ ਨਾਲ ਨਹੀਂ ਜਿਹੜਾ ਇਹ ਅੱਗ ਲੱਗੀ ਜਾਂ ਇਹਦਾ ਪਟਾਕਾ ਨਹੀਂ ਪਿਆ। ਜੇ ਤੁਹਾਨੂੰ ਦਿਖਾ ਦਈਏ ਤਾਂ ਉੱਤੇ ਤਾਰਾਂ ਹੁਣ ਵੀ ਦਿਖਾਈ ਦੇ ਰਹੀਆਂ ਜਿਹੜੀਆਂ ਮੱਚੀਆਂ ਹੋਈਆਂ ਤਾਰਾਂ ਹੈਗੀਆਂ ਕਿਉਂਕਿ ਇੱਥੇ ਜੋ ਬਲਾਸਟ ਹੋਇਆ ਸੀਗਾ ਇਸਦਾ ਅੱਗ ਲੱਗੀ ਸੀ ਤਾਂ ਉਸ ਟਾਈਮ ਇਹ ਸਾਰੀਆਂ ਤਾਰਾਂ ਸੜੀਆਂ ਹੋਈਆਂ ਹੈਗੀਆਂ। ਤੁਸੀਂ ਦੇਖ ਰਹੇ ਹੋ ਹੁਣ ਇਹਨਾਂ ਵੱਲੋਂ ਦੁਬਾਰੇ ਇਹ ਤਾਰਾਂ ਸਾਰੀਆਂ ਕੱਢ ਕੇ ਦੁਬਾਰੇ ਜੋੜੀਆਂ ਜਾ ਰਹੀਆਂ ਹੈਗੀਆਂ। ਟਰਾਂਸਫਾਰਮਰ ਕਿਤੇ ਕੱਲ੍ਹ ਸ਼ਾਮ ਦਾ ਖਰਾਬ ਸੀਗਾ ਮੁਹੱਲੇ ਦੇ ਵਿੱਚ, ਉਹ ਅੱਜ ਇਹਨਾਂ ਨੇ ਟਰਾਂਸਫਾਰਮਰ ਜਦੋਂ ਹੁਣ ਚੇਂਜ ਕੀਤਾ ਗਾ ਬਿਜਲੀ ਡਿਪਾਰਟਮੈਂਟ ਨੇ, ਜਦੋਂ ਇਹਨਾਂ ਨੇ ਸਵਿੱਚ ਛੱਡੀ ਟਰਾਂਸਫਾਰਮਰ ਛੱਡ ਕੇ ਨਾਲ ਦੀ ਨਾਲ ਉਹ ਉਹਨਾਂ ਦਾ ਜੋ ਪਟਾਕਾ ਪੈ ਗਿਆ ਉਹਦੇ ਜਿਹੜੀ ਚਿੰਗਾਰੀਆਂ ਹੈਗੀਆਂ ਗੀਆਂ ਇੱਧਰ ਕਮਰੇ ਵਾਲੇ ਪਾਸਿਓਂ ਉੱਪਰੋਂ ਆ ਕੇ ਗਿਰ ਗਈਆਂ। ਉਰੇ ਮਤਲਬ ਕਿ ਜਿਵੇਂ ਕੋਈ ਆਪਣਾ ਵੇਸਟ ਮਟੀਰੀਅਲ ਪਿਆ ਹੁੰਦਾ ਵੈਸੇ ਹੀ ਕਬਾੜ ਕਿਸੇ ਦਾ ਮਤਲਬ ਕਿ ਜਿਵੇਂ ਪੁਰਾਣਾ ਪਿਆ ਹੈਗਾ ਕੁਛ ਵੀ ਪਿਆ। ਸਰ ਇੱਥੇ ਦੂਜੇ ਤੀਜੇ ਦਿਨ ਅਪ ਡਾਊਨ ਹੁੰਦੀ ਰਹਿੰਦੀ ਹੈ, ਲਾਈਟ ਘੱਟ ਜਾਂਦੀ ਹੈ ਕਦੇ ਵੱਧ ਜਾਂਦੀ ਹੈ ਘੱਟ ਜਾਂਦੀ ਹੈ, ਜਦੋਂ ਕੰਪਲੇਨ ਕਰਦੇ ਹਾਂ ਉਹ ਇੱਕ ਵਾਰੀ ਜਗ੍ਹਾ ਸੈੱਟ ਜਿਹਾ ਕਰਕੇ ਚਲਾ ਜਾਂਦੇ ਨੇਗੇ, ਉਦੋਂ ਬਾਅਦ ਦੂਜੇ ਤੀਜੇ ਦਿਨ ਫਿਰ ਇਹੀ ਹਾਲ ਹੁੰਦਾ ਜੀ। ਹੁਣ ਇਹਨਾਂ ਨੇ ਰਾਤ 11 ਵਜੇ ਦੀ ਲਾਈਟ ਹੈ ਨਹੀਂ ਜੀ, ਸਾਰਾ ਮਹੱਲਾ ਬਹੁਤ ਤੰਗ ਸੀਗਾ। ਆਹ ਨਾਲ ਵਾਲੀ ਗਲੀ 'ਚ ਜੀ ਲਾਈਟ ਸੀਗੀ, ਉੱਥੇ ਜਾ ਕੇ ਕੋਈ ਸ਼ਰਾਰਤ ਕਰਿਆ ਟਰਾਂਸਫਾਰਮ ਦੀ ਸੁੱਚ ਸਿੱਟ ਗਿਆ ਜੀ, ਅਤੇ ਅਸੀਂ ਰਾਤ ਨੂੰ ਜਾ ਕੇ ਉਹਨੂੰ ਜਾ ਕੇ ਸੈੱਟ ਕੀਤਾ, ਉਹ ਗਲੀ 'ਚ ਲਾਈਟ ਆਈ ਸਾਡੀ ਰਾਤ ਨੂੰ 11 ਵਜੇ ਤੋਂ ਲੈ ਕੇ ਉਦੋਂ ਬਾਅਦ ਕੋਈ ਲਾਈਟ ਨਹੀਂ ਹੈਗੀ ਜੀ ਉਰੇ। ਨੁਕਸਾਨ ਜੀ ਸਾਡੇ ਗਵਾਂਢੀ ਸੀਗੇ ਉਹਨਾਂ ਦੀ LCD ਸੜ ਗਈ ਜੀ, ਸਾਡੇ ਮੇਰੇ ਬ੍ਰਦਰ ਦਾ ਜੀ ਇਨਵੇਟਰ ਉਹ ਮੱਚ ਗਿਆ ਜੀ ਅਤੇ ਪੱਖੇ ਖਰਾਬ ਹੋ ਗਏ ਜੀ। ਹੋਰ ਮਹੱਲੇ 'ਚ ਬਹੁਤ ਨੁਕਸਾਨ ਹੋਏ ਹੋਣੇ ਜੀ, ਪਰ ਉਹ ਜਿਹੜਾ ਕਰ ਆਪਾਂ ਨੂੰ ਪਤਾ ਨਹੀਂ ਗਾ ਜੀ। ਇਹ ਹੋ ਗਿਆ ਜੀ ਕਾਫੀ 6 ਮਹੀਨੇ ਨੇੜੇ ਤੇੜੇ ਹੋ ਗਿਆ ਜੀ, ਰੋਜ਼ ਟਰਾਂਸਫਾਰਮ ਰੋਜ਼ ਮੱਚ ਜਾਂਦਾ ਜੀ, ਵੀ 3-4 ਦਿਨ ਛੱਡ ਗਏ। ਬਹੁਤ ਵੱਡਾ ਅੱਜ ਵਾਲਾ ਹਾਦਸਾ ਬਹੁਤ ਵੱਡਾ ਸੀ, ਹਾਲਾਂਕਿ ਜੀ ਹਜੇ ਤਾਂ ਟਰਾਂਸਫਾਰਮ ਦਾ ਸੜਨਾ ਠੀਕ ਹੈ ਜੀ। ਇੱਧਰ ਨਾਲ ਗਲੀ 'ਚ ਨਾ ਉਹ ਆ ਜੀ ਜੋੜ ਨੇ ਗੇ ਨੰਗੇ ਪਏ ਨੇ ਜਮਾਂ ਜੀ, ਉਹਦੀ ਵੀ ਕੋਈ ਸੁਣਵਾਈ ਨਹੀਂ ਜੀ, 2-3 ਵਾਰੀ ਕੰਪਲੇਨ ਕਰਤੀ ਆ ਕੇ ਦੇਖ ਜਾਂਦੇ, ਉਹ ਕਹਿੰਦੇ ਸਾਡਾ ਕੰਮ ਹੀ ਇਹ ਨਹੀਂ ਗਾ ਜੀ। 2-4 ਘੰਟਿਆਂ ਤੋਂ ਪਹਿਲਾਂ 5 ਘੰਟਿਆਂ ਤੋਂ ਪਹਿਲਾਂ ਵੀ ਨਹੀਂ ਮੇਕ ਆਉਂਦਾ ਨਹੀਂ, 6 ਮਹੀਨਾ ਜ਼ਿਆਦਾ ਟਾਈਮ ਹੋ ਗਿਆ ਜੀ। ਅਪ ਡਾਊਨ ਹੁੰਦੀ ਹੈ ਲਾਈਟ, ਬਸ ਜਗਾੜ ਕਰਕੇ ਚਲਾ ਕੇ ਵਗ ਜਾਂਦੇ ਨੇ ਗੇ, ਉਦੋਂ ਬਾਅਦ 10-15 ਦਿਨਾਂ ਤੋਂ ਫਿਰ ਉਹੀ ਹਾਲ ਆ ਜੀ। ਟਰਾਂਸਫਾਰਮ ਅੱਜ ਬਿਜਲੀ ਮਹਿਕਮੇ ਨੇ ਚੇਂਜ ਕੀਤਾ ਸੀ,
पर ये मतलब बोल्ट जी ज़्यादा एरिए काफ़ी होंगी है वो नाल चलता ही नहीं चा थोड़े दिन बाद फिर उड आता ज़्यादा ये मतलब वधिया बिजली महकमे ध्यान देना चाहिए कि चज्ज नाल काम करके मतलब लोगों को सहूलत दी जाए मतलब रोज़ रोज़ लोगों का जिन्हों का घर च नुकसान है किसी का इनवर्टर छड़ गया किसी का एल ई डी छड़ गई अजे तक मतलब लोगों का ये कि नुकसान होगा वो ये लाइट आने तो बाद पता लगेगा जी पर अज की जी घटना सी वो बहुत मंदभागी है रात की लाइट घट्टो घट 8 बजे की है नहीं सी ते ओ तो बाद नाल दी गली दी भी लाइट कोई ना कोई शरारती अंसर कट गया वो भी ट्रांसफार्मर का डंडा छिट गया वो भी मतलब मुड़ के ठीक बिजली महकमे तो आके ठीक कराई तो उस गली दी ट्रांसफार लाइट चली वो भी अजे रात तो स्पार्क कर रही है वो लाइट आने तो बाद मतलब ओदे भी लाटा निकल दी है नहीं स्पार्क पहला कर दी होंगी सी पहला ठीक कर गए सी हुण कल रात दी फिर कर रही है जी स्पार्क ट्रांसफार्मर उत्तों स्पार्क अग दियां लाटा निकल दियां उहदे दे नाल उह भी ज्यादा ट्रांसफार्मर सड़न दे ज्यादा नुकसान होण दा कोई चांस बन सकदा हुंदा जरूर हो सकदा जी अज्ज ही कोई ना कोई जानी नुकसान हो सकदा जी जे अग दियां चिंगारियां इधरले रोड ते जां कोई बंदे दे उत्ते पै जांदियां तां इह तां चलो अंदर इक प्रॉपर्टी दे अंदर डिग गईआं ट्रांसफार्मर सड़ गया इहनू चेंज करके नवां रख्या जी नहीं हूँ कुछ नहीं होया जी हूँ ये कोई फाल्ट है टेक्निकली फाल्ट आ गया वो असं इन दूर करके थोड़े चिर चला देंगे अग तो इधर कोई पीवीसी से इन्हों की मेरे ख्याल शॉर्ट उन्होंने ला गई सी नहीं तारा करके नहीं लगी अग वैसे उन्होंने कोई अंदर कोई अपना सिस्टम साड़ी सप्लाई उत तक सही है ਸਿੰਬਲਾਂ ਹੁੰਦੀਆਂ ਅਸੀਂ ਸਿੰਬਲਾਂ ਨਾਲ ਵੀ ਲਾਉਂਦੇ ਜੀ ਅੱਜ ਕੋਈ ਸਿੰਬਲਾਂ ਹੈਗੇ ਜਿਹੜਾ ਹੁਣ ਤੁਸੀਂ ਲਾ ਕੇ ਆਏ ਸਿੰਬਲਾਂ ਇਹ ਮੁੰਡੇ ਮੈਂ ਇੱਥੇ ਭੇਜੇ ਸੀ ਉਹ ਕਰੀ ਜਾਂਦੇ ਸੀ ਕੰਮ ਨਹੀਂ ਹੁਣ ਤੁਸੀਂ ਜੋੜ ਕੇ ਆਏ ਹੋ ਤੇ ਕੋਈ ਸਿੰਬਲ ਉਹ ਲਾਉਂਦੇ ਆ ਜੀ ਅਸੀਂ ਸਿੰਬਲਾਂ ਪਾਉਂਦੇ ਆ ਗੱਡੀ ਮੰਗਾਈ ਆ ਹੁਣ ਮਰੋੜੀਆਂ ਤਾਂ ਮਾਰਨੀਆਂ ਕਿਰਾਂ ਅਸੀਂ ਲਾਈਟ ਤਾਂ ਚਲਾਈਏ ਨਾ ਕਿਰਾਂ ਸਿੰਬਲਾਂ ਪਾ ਕੇ ਪ੍ਰੋਪਰ ਹੁਣ ਪੌੜੀ ਹੈ ਨਹੀਂ ਸੀ ਹੁਣ ਪੌੜੀ ਆਈ ਹੈ ਚਲਾਉਂਦੇ ਆ ਸੇਫਟੀ ਬੈਲਟ ਬੂਟ ਦਸਤਾਨੇ ਮੁੰਡਿਆਂ ਕੋਲ ਹੈਗੇ ਆ ਫਿਲਹਾਲ ਮੈਂ ਇੱਕ ਵਾਰੀ ਨਹੀਂ ਦੇਖੋ ਮੈਂ ਤਾਂ ਜਈ ਹਾਂ ਇਸ ਟਾਈਮ ਉਹ ਮੁੰਡਿਆਂ ਦਾ ਵਰਕ ਟੂ ਰੂਲ ਚੱਲਦਾ ਹੈ 5 ਤੋਂ 9 ਤੋਂ 5 ਇਹਨਾਂ ਦੀ ਡਿਊਟੀ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਆਹ ਹੁਣ ਗੱਡੀ ਆਈ ਹੈ ਇਹਨਾਂ ਨੂੰ ਬੁਲਾਉਂਦੇ ਮੁੰਡੇ ਨੂੰ ਕਰਵਾਉਂਦੇ ਕੰਮ ਨਹੀਂ ਕਰੰਟ ਦਾ ਕੋਈ ਚਲੋ ਉਹ ਤਾਂ ਚਲੋ ਨਹੀਂ ਹੈਗੀ ਗੱਲ ਵੈਸੇ ਦਸਤਾਨੇ ਹੁੰਦੇ ਆ ਸਾਡੇ ਕੋਲ ਜ਼ਰੂਰੀ ਪਾਉਣੇ ਪਾਉਣੇ ਨਹੀਂ ਅਣਗਹਿਲੀ ਤਾਂ ਮੈਂ ਕੋਈ ਕਰੀ ਨਹੀਂ ਅਤੇ ਅਸੀਂ ਦੇਖੋ ਲੋਕਾਂ ਦੀ ਸੇਵਾ ਵਾਸਤੇ ਹੀ ਹਾਂ ਸੇਵਾ ਪਹਿਲਾਂ ਮੇਰੇ ਕੋਲ ਹਾਂ ਉਹ ਤਾਂ ਸਕਦੀ ਹੈ ਚਲੋ ਕੋਈ ਨਹੀਂ ਦਸਤਾਨੇ ਹੁੰਦੇ ਆ ਸਾਡੇ ਕੋਲ ਇਸ ਟਾਈਮ ਐਟ ਪ੍ਰੈਜੈਂਟ ਮੇਰੇ ਕੋਲ ਗੱਡੀ 'ਚ ਰਹਿ ਗਏ ਸੀਗੇ ਪਹਿਲਾਂ ਵੀ ਕਈ ਵਾਰ ਬਹੁਤ ਵੱਡੇ ਹਾਦਸੇ ਹੋ ਰਹੇ ਹੈਗੇ ਪਰ ਪ੍ਰਾਈਵੇਟ ਠੇਕੇਦਾਰ ਹੋਣ ਕਾਰਨ ਇਹਨਾਂ ਨੂੰ ਕੋਈ ਸੇਫਟੀ ਬੈਲਟਾਂ ਨਾ ਹੀ ਦਿੱਤੀਆਂ ਜਾ ਰਹੀਆਂ ਕਿਉਂਕਿ ਸਾਰੇ ਜਿਹੜੇ ਮੁਲਾਜ਼ਮ ਹੈ ਠੇਕੇ 'ਤੇ ਹੋਏ ਗਏ ਅਤੇ ਡੇਲੀ ਬੇਸ 'ਤੇ ਕੰਮ ਕਰਦੇ ਇਹਨਾਂ ਦੀ ਕੋਈ ਸੇਫਟੀ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਲ ਸਿੰਘ ਸਿੱਧੂ ਦੀ ਰਿਪੋਰਟ।